ਹਾਂਜੀ ਕੀ ਹਾਲ ਚਾਲ ਸਾਰੇ ਦੋਸਤਾਂ ਦਾ, ਉਮੀਦ ਆ ਤੁਸੀਂ ਸਾਰੇ ਠੀਕ ਹੋਵੋਗੇ। ਅੱਜ ਤੁਹਾਡੇ ਲਈ ਲੈ ਕੇ ਆਏ ਹਾਂ ਨੈੱਟ ਮੈਨ ਲਈ ਜੋ ਮੇਨ ਚੀਜ਼ਾਂ ਜ਼ਰੂਰੀ ਹੁੰਦੀਆਂ ਉਹਦੇ ਲਈ ਅੱਜ ਦੱਸਾਂਗੇ ਤੁਹਾਨੂੰ ਪੰਜ ਮੇਨ ਜਿਹੜੀਆਂ ਚੀਜ਼ਾਂ ਹੁੰਦੀਆਂ ਮੇਰੇ ਹਿਸਾਬ ਨਾਲ ਵੀ ਜਿੱਦਾਂ ਵੀ ਆਪਾਂ ਨੂੰ ਹੈ ਨਾ ਵੀ ਇੱਕ ਵਧੀਆ ਨੈੱਟ ਮੈਨ ਲਈ ਜੋ ਪੰਜ ਚੀਜ਼ਾਂ ਜ਼ਰੂਰੀ ਹੋਣੀਆਂ ਚਾਹੀਦੀਆਂ ਵਾ ਉਹਨੂੰ ਵਧੀਆ ਪਲੇ ਕਰਨ ਲਈ, ਉਹ ਚੀਜ਼ਾਂ ਆਪਾਂ ਤੁਹਾਨੂੰ ਅੱਜ ਦੱਸਾਂਗੇ। ਪਹਿਲੀ ਗੱਲ ਤਾਂ ਇਹ ਆ ਕਿ ਨੈੱਟ ਮੈਨ ਲਈ ਮਤਲਬ ਪੈਰਾਂ ਦੀ ਮੂਵਮੈਂਟ ਹੋਣੀ ਬਹੁਤ ਜ਼ਰੂਰੀ ਆ। ਪਹਿਲੀ ਗੱਲ ਤਾਂ ਇਹ ਆ ਕਿ ਪੈਰਾਂ ਦੀ ਮੂਵਮੈਂਟ ਹੋਣੀ ਜ਼ਰੂਰੀ ਆ। ਦੂਜੀ ਗੱਲ ਇਹ ਆ ਕਿ ਆਪਾਂ ਨੂੰ ਬੰਦੇ ਨੈੱਟ ਮੈਨ 'ਚ ਜੰਪ ਹੋਣਾ ਜ਼ਰੂਰੀ ਆ, ਫਿਰ ਉਹਦਾ ਹੱਥ ਬੋਲ 'ਤੇ ਕਿਵੇਂ ਮਾਰਨੀ ਆਪਾਂ ਬੋਲ 'ਤੇ ਉਹ ਬਹੁਤ ਜ਼ਰੂਰੀ ਹੁੰਦਾ ਵਾ। ਚੌਥੀ ਕਿ ਵੀ ਜੋ ਮੇਨ ਫੋਕਸ ਆ ਬੋਲ 'ਤੇ ਨੈੱਟ ਮੈਨ ਦਾ ਉਹ ਜ਼ਰੂਰੀ ਬਹੁਤ ਹੁੰਦਾ ਵਾ ਉਹਦੇ ਲਈ ਵੀ। ਪੰਜਵਾਂ ਇਹ ਆ ਕਿ ਜੋ ਨੈੱਟ ਮੈਨ ਲਈ ਲੱਤਾਂ 'ਚ ਬਹੁਤ ਪਾਵਰ ਹੋਣੀ ਚਾਹੀਦੀ ਆ, ਇਹਨਾਂ ਦੀਆਂ ਲੱਤਾਂ ਮਜ਼ਬੂਤ ਹੋਣੀਆਂ ਚਾਹੀਦੀਆਂ। ਇਹਦੇ ਲਈ ਵੀ ਆਪਾਂ ਤੁਹਾਨੂੰ ਦੱਸਾਂਗੇ ਵੀ ਜਿਵੇਂ ਕਿਵੇਂ ਸਾਰੀਆਂ ਪੰਜੇ ਚੀਜ਼ਾਂ ਦੀ ਆਪਾਂ ਕੀ ਕਰ ਸਕਦੇ ਹਾਂ ਨਾ, ਜੋ ਮੇਰੇ ਅਕੋਰਡਿੰਗ ਵੀ ਮੈਂ ਕੀ ਕਰਦਾ ਵਾਂ ਉਹ ਤੁਹਾਨੂੰ ਦੱਸਾਂਗੇ ਵੀ ਕਿੱਦਾਂ ਕਰਨੀ ਆ। ਆ ਜਾਓ ਫਿਰ ਤੁਹਾਨੂੰ ਦਿਖਾਉਂਦੇ ਹਾਂ ਕਿਵੇਂ ਕਰਨੀ। ਹਾਂਜੀ ਦੋਸਤੋ, ਜਿਵੇਂ ਕਿ ਪਹਿਲੀ ਚੀਜ਼ ਸੀਗੀ ਦੱਸੀ ਤੁਹਾਨੂੰ ਕਿ ਪੈਰਾਂ ਦੀ ਮੂਵਮੈਂਟ ਕਿਵੇਂ ਵਧਾਉਣੀ ਆ। ਪੈਰਾਂ ਦੀ ਮੂਵਮੈਂਟ ਲਈ ਆਪਾਂ ਨੂੰ ਸਕਿਪਿੰਗ ਕਰਨੀ ਪੈਣੀ ਆ। ਇਹਦੇ ਵਿੱਚ ਆਪਾਂ ਜਿੰਨੀ ਸਕਿਪਿੰਗ ਵੱਧ ਕਰਾਂਗੇ ਓਨਾ ਹੀ ਆਪਣੀ ਪੈਰਾਂ ਦੀ ਮੂਵਮੈਂਟ 'ਤੇ ਬਹੁਤ ਫਰਕ ਪੈਂਦਾ ਵਾ, ਅਤੇ ਬਾਕੀ ਪੈਰਾਂ ਦੀ ਮੂਵਮੈਂਟ ਦੇ ਨਾਲ ਨਾਲ ਇਹਦੇ ਨਾਲ ਟਾਈਮਿੰਗ 'ਚ ਵੀ ਬਹੁਤ ਫਰਕ ਪੈਂਦਾ। ਜਦੋਂ ਆਪਾਂ ਜੰਪ ਲੈਂਦੇ ਹਾਂ, ਜੰਪ ਲੈ ਕੇ ਬਾਲ ਮਾਰਨੀ, ਉਹਦੇ 'ਚ ਫੋਕਸ ਹੁੰਦਾ ਵੀ ਬਾਲ ਦੇ ਕਿਵੇਂ ਆਪਾਂ ਜੰਪ ਮਾਰਨੀ ਆ, ਵੀ ਉਹਦੇ 'ਚ ਬਾਲ 'ਚ ਪਹੁੰਚਣ ਤੀਕਰ ਆਪਣੀ ਕਿੰਨੀ ਕੁ ਜਲਦੀ ਟਾਈਮਿੰਗ ਹੁੰਦੀ ਆ, ਉਹ ਚੀਜ਼ ਦਾ ਬਹੁਤ ਫਰਕ ਪੈਂਦਾ ਇਹਦੇ ਨਾਲ। ਅੱਗੇ ਦੂਜੇ ਪੁਆਇੰਟ 'ਤੇ ਸੀਗਾ ਵੀ ਆਪਾਂ ਜੰਪ ਕਿਵੇਂ ਵਧਾਉਣਾ ਵਾ ਨੈੱਟ ਮੈਨ ਨੇ। ਨੈੱਟ ਮੈਨ ਲਈ ਜੰਪ ਜ਼ਰੂਰੀ ਹੁੰਦਾ, ਅਤੇ ਇਹਦੇ ਲਈ ਇਹ ਐਕਸਰਸਾਈਜ਼ ਇੱਕ ਦੋ ਐਕਸਰਸਾਈਜ਼ ਕਰਾਂਗੇ ਆਪਾਂ ਇਹਦੇ ਲਈ ਜ਼ਰੂਰੀ ਹੁੰਦੀਆਂ ਜੋ ਵਧੀਆ ਜੰਪ ਜਲਦੀ ਵਧਾਉਣ ਲਈ। ਇੱਕ ਤਾਂ ਇਹ ਵਾਲੀ ਐਕਸਰਸਾਈਜ਼ ਜੰਪ ਲੈ ਕੇ ਸਕੋਟਸ ਐਂਡ ਜੰਪ ਕਹਿ ਦਿੰਦੇ ਹਾਂ ਉਹਨੂੰ, ਇੱਕ ਇਹ ਦੇ ਇਸ ਤੋਂ ਬਾਅਦ ਅੱਗੇ ਨਾਲ ਦੀ ਨਾਲ ਇੱਕ ਹੋਰ ਐਕਸਰਸਾਈਜ਼ ਕਰਾਂਗੇ ਕਿ ਭੱਜ ਕੇ ਨਾਲ ਦੀ ਨਾਲ ਆਪਾਂ ਜੰਪ ਮਾਰਨਾ ਮੈਂ ਦੂਜੀ ਲੱਤ ਨਾਲ, ਫਿਰ ਅੱਗੇ ਭੱਜ ਕੇ ਦੂਜੀ ਲੱਤ ਨਾਲ ਜੰਪ ਮਾਰਨਾ। ਇਹਦੇ ਨਾਲ ਜੰਪ ਵਿੱਚ ਬਹੁਤ ਜਲਦੀ ਫਰਕ ਪੈਣ ਲੱਗ ਜਾਂਦਾ ਵਾ। ਸੈਕਿੰਡ ਪੁਆਇੰਟ ਲਈ ਇਹ ਐਕਸਰਸਾਈਜ਼ ਜੰਪ ਦੋ ਕਰਾਂਗੇ, ਅਤੇ ਅੱਗੇ ਤੀਸਰੇ ਪੁਆਇੰਟ ਵੱਲ ਚੱਲਦੇ ਹਾਂ। ਥਰਡ ਪੁਆਇੰਟ ਇਹ ਆ ਕਿ ਆਪਾਂ ਕਿਵੇਂ ਬਾਲ 'ਤੇ ਹੱਥ ਆਪਣਾ ਕਿਵੇਂ ਚਾਹੀਦਾ ਵਾ, ਵੀ ਆਪਾਂ ਕਿਹੜੇ ਹਿਸਾਬ ਨਾਲ ਆਪਾਂ ਹੱਥ ਲਾਉਣਾ ਵਾ, ਅਤੇ ਇਹਦੇ ਲਈ ਆਪਣਾ ਗ੍ਰਿਪ ਕਿਵੇਂ ਚਾਹੀਦਾ ਬਾਲ 'ਤੇ, ਹੈ ਨਾ। ਇਹ ਆ ਕਿ ਆਪਾਂ ਮੇਨ ਤਾਂ ਜਿਹੜੀ ਚੀਜ਼ ਆ ਵੀ ਹੈ ਨਾ, ਜਦੋਂ ਆਪਾਂ ਪ੍ਰੈਕਟਿਸ ਕਰਦੇ ਹਾਂ ਇਹਦੇ ਲਈ, ਜੇ ਅਲੱਗ ਪ੍ਰੈਕਟਿਸ ਕਰਾਂਗੇ ਨਾ ਉਹਦੇ ਲਈ ਬਹੁਤ ਫਾਇਦਾ ਵਾ। ਜੇ ਕਿਵੇਂ ਆਪਾਂ ਜੇ ਆਪਾਂ ਬੋਲ ਲੈ ਕੇ ਇੱਕ ਇਕੱਲੇ ਆਪਾਂ ਬੈਟਿੰਗ ਕਰੀਏ ਜਿਵੇਂ ਇੱਦਾਂ ਕਰਕੇ, ਹੈ ਨਾ, ਇਹਦਾ ਹੱਥ ਗ੍ਰਿਪ ਦਾ ਐਂ ਹੋਣਾ ਚਾਹੀਦਾ ਕਿ ਆਪਾਂ ਜਦੋਂ ਇੱਥੋਂ ਆਪਾਂ ਇਹ ਮੇਨ ਜਦੋਂ ਆਪਾਂ ਬਾਲ ਇੱਥੇ ਆਵੇ ਆਪਣੇ ਇੱਥੋਂ ਆ ਕੇ ਐਂ ਚੀਜ਼ ਚਾਹੀਦੀ ਆ। ਆਪਾਂ ਕਈ ਆਪਣੇ ਕਈ ਨਾ ਹੁੰਦੇ ਆ ਜਦੋਂ ਨਵੇਂ ਖੇਡਦੇ ਉਹ ਐਂ ਬਾਲ ਹੱਥ ਮਾਰਦੇ, ਉਹਦੇ ਨਾਲ ਆਪਣਾ ਹੱਥ ਦਾ ਜਿਹੜਾ ਗ੍ਰਿਪ ਆ ਉਹ ਟੁੱਟਣ ਲੱਗ ਜਾਂਦਾ। ਜਿਹੜਾ ਮੇਨ ਹੋਊਗਾ ਜੇ ਆਪਾਂ ਇੱਥੋਂ ਐਂ ਕਰਕੇ ਆਹ ਹੱਥ ਦੇ ਹੋਵੇ ਵੀ ਇੱਥੋਂ ਆਪਦੇ ਮੂੰਹ ਕੋਲ ਬਾਲ ਮਾਰਨੀ ਆ ਵੀ ਐਂ ਬਾਲ ਹੋਵੇਗਾ, ਐਂ ਆਪਾਂ ਕਰਕੇ ਜੋ ਬੈਟਿੰਗ ਕਰ ਰਹੇ ਹਾਂ ਬਾਲ ਦੀ ਉਹ ਵੀ ਆਪਣਾ ਹੱਥ ਹੱਥ ਜਾਵੇ ਜਿਵੇਂ ਹੁਣ ਕਰਕੇ ਉਹ ਨਸਲ ਨੂੰ ਕਿਵੇਂ ਕਰਨੀ ਆ। ਤੀਜੇ ਪੁਆਇੰਟ ਲਈ ਇਹ ਆ ਕਿ ਆਪਾਂ ਇਸ ਤਰ੍ਹਾਂ ਬੈਟਿੰਗ ਕਰਨੀ ਆ, ਇਹ ਕੋਸ਼ਿਸ਼ ਰਿਹਾ ਕਰ ਰਵੇ ਕਿ ਬੰਦੇ ਦੀ ਵੀ ਜਦੋਂ ਆਪਾਂ ਪ੍ਰੈਕਟਿਸ ਕਰਨ ਜਾਣਾ ਨਾ ਉਸ ਤੋਂ ਪਹਿਲਾਂ ਇੱਦਾਂ ਆਪਾਂ ਜ਼ਰੂਰ ਕਰੀਏ ਥੋੜ੍ਹਾ ਟਾਈਮ। ਅਤੇ ਇਸੇ ਨਾਲ ਹੀ ਚੌਥਾ ਪੁਆਇੰਟ ਸੀਗਾ ਆਪਣਾ ਵੀ ਆਪਾਂ ਫੋਕਸ ਬਾਲ 'ਤੇ ਕਿੱਦਾਂ ਹੋਣਾ ਚਾਹੀਦਾ। ਫੋਕਸ ਲਈ ਇਹ ਚੀਜ਼ ਵੀ ਫੋਕਸ ਵਿੱਚ ਵੀ ਬਹੁਤ ਫਾਇਦੇਮੰਦ ਹੁੰਦੀ ਆ ਕਿ ਜਦੋਂ ਆਪਾਂ ਬੈਟਿੰਗ ਕਰਦੇ ਹਾਂ ਨਾ ਬੋਲ 'ਤੇ ਆਪਣੀ ਨਿਗਾਹ ਰਹਿੰਦੀ ਹੈ ਵੀ ਬਾਲ ਕਿੱਧਰ ਨੂੰ ਜਾਊਗੀ ਅਤੇ ਕਿੱਧਰ ਨੂੰ ਅੱਗੇ ਕਹਾਂ ਜਾਣੀ ਆ, ਹੈ ਨਾ। ਇੱਦਾਂ ਕਰਨ ਨਾਲ ਆਪਣੇ ਬਾਲ 'ਤੇ ਫੋਕਸ ਵੀ ਬਹੁਤ ਬਣਦਾ ਵਾ। ਇਸੇ ਤਰ੍ਹਾਂ ਹੀ ਪੰਜਵਾਂ ਪੁਆਇੰਟ ਸੀਗਾ ਆਪਣਾ ਲੱਤਾਂ ਵਿੱਚ ਬਹੁਤ ਪਾਵਰਫੁੱਲ ਹੋਣੀ ਚਾਹੀਦੀ ਆ ਆਪਣੀ ਲੱਤਾਂ, ਵੀ ਲੱਤਾਂ 'ਚ ਜਾਨ ਹੋਣੀ ਜ਼ਰੂਰੀ ਆ। ਇੱਦਾਂ ਆਪਾਂ ਜਦੋਂ ਡੰਡ ਬੈਟ ਕਲਾਉਂਦੇ ਹਾਂ ਇਹਦੇ ਨਾਲ ਆਪਣੀ ਲੱਤਾਂ 'ਚ ਇੱਕ ਪੱਟਾਂ 'ਚ ਇੱਕ ਬਹੁਤ ਜ਼ਿਆਦਾ ਉਹ ਫਾਇਦਾ ਹੁੰਦਾ, ਕਿਉਂਕਿ ਜਦੋਂ ਬਾਲ ਨੈੱਟ ਮੈਨ ਨੇ ਬਾਲ ਕੱਢਣੀ ਆ ਤਾਂ ਉਸ ਲਈ ਬੈਠ ਕੇ ਉੱਠਣਾ ਜ਼ਰੂਰੀ ਹੁੰਦਾ। ਉਸ ਵਿੱਚ ਇਹ ਚੀਜ਼ ਲਈ ਬਹੁਤ ਫਾਇਦਾ ਹੁੰਦਾ ਆਪਣਾ ਕਿ ਜਦੋਂ ਆਪਾਂ ਉੱਠ ਕੇ ਬਹਿੰਦੇ ਹਾਂ ਨਾ ਉਹਦੇ ਨਾਲ ਪੱਟਾਂ ਵੀ ਪੱਟ ਮਜ਼ਬੂਤ ਹੋ ਜਾਂਦੇ ਆਪਣੇ। ਇਸੇ ਤਰ੍ਹਾਂ ਹੀ ਆਪਣੇ ਪੰਜ ਪੁਆਇੰਟ ਆ ਜੋ ਨੈੱਟ ਮੈਨ ਲਈ ਬਹੁਤ ਜ਼ਰੂਰੀ ਨੇ। ਜਿਵੇਂ ਕਿ ਤੁਸੀਂ ਵੀਡੀਓ ਦੇਖ ਹੀ ਲਈ ਆ, ਕਿਵੇਂ ਲੱਗੀ ਆ ਵੀਡੀਓ ਇਹ ਜ਼ਰੂਰ ਦੱਸਿਓ। ਮੇਰਾ ਵੀਡੀਓ ਬਣਾਉਣ ਦਾ ਮਕਸਦ ਇਹੀ ਹੁੰਦਾ ਕਿ ਵੀ ਆਪਣਾ ਮੈਂ ਇੰਨਾ ਕੁ ਤਾਂ ਹੈ ਨਹੀਂ ਕਿ ਵੀ ਸਿਆਣਾ ਜਾਂ ਮੈਂ ਇੰਨਾ ਐਕਸਪਰਟ ਨਹੀਂ ਹੈਗਾ ਵੀ ਮੈਂ ਤੁਹਾਨੂੰ ਦੱਸਾਂ, ਬਟ ਇਹ ਆ ਕਿ ਵੀ ਮੇਰੇ ਨਾਲ ਵੀ ਮੇਰੇ ਕੁਛ ਦੱਸੇ ਨਾਲ ਜਿੰਨਾ ਕੁ ਮੈਨੂੰ ਪਤਾ ਵਾ, ਜੇ ਕੋਈ ਨਵੇਂ ਪਲੇਅਰ ਨੂੰ ਕੋਈ ਹੈਲਪਫੁੱਲ ਹੁੰਦੀ ਆ ਵੀਡੀਓ ਤਾਂ ਉਹ ਬਹੁਤ ਮੇਰੇ ਲਈ ਵਧੀਆ ਗੱਲ ਹੋਊਗੀ। ਮੈਨੂੰ ਵੀ ਮੋਟੀਵੇਸ਼ਨ ਮਿਲਦਾ ਵੀ ਖੇਡਣ ਨੂੰ ਵੀ, ਨਾਲੇ ਦੇਖਣ ਨੂੰ ਵੀ ਵੀ ਕੋਈ ਉਹਨੂੰ ਪਿਆਰ ਦਿੰਦੇ ਜੋ। ਅਤੇ ਬਾਕੀ ਵੀਡੀਓ ਦੱਸਿਓ ਕਿਵੇਂ ਲੱਗੀ ਆ, ਜੇ ਵੀਡੀਓ ਵਧੀਆ ਲੱਗੀ ਆ ਤੁਹਾਨੂੰ ਜ਼ਰੂਰ ਇਸ ਨੂੰ ਲਾਈਕ ਜ਼ਰੂਰ ਕਰਿਓ ਅਤੇ ਕਮੈਂਟ ਜ਼ਰੂਰ ਕਰਿਓ ਅਤੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਦਿਓ। ਜੇ ਕਿਸੇ ਨੂੰ ਵੀ ਕੋਈ ਪਲੇਅਰ ਨੂੰ ਵੀ ਹੈ ਨਾ, ਜੇ ਆਪਣੇ ਨਵੇਂ ਪਲੇਅਰ ਆ ਜੇ ਕੋਈ ਵੀ
दिक्कत आ रही है ना परेशानी आ रही है जरूर मैं दस्यो नंबर उम्मीद है भी शायद तुम पसंद करोगे या उस तरह की वीडियो बना के थोड़ा दस दिखाने की कोशिश करा बहुत बहुत धन्यवाद थोड़ा वीडियो देखने।